ਬੱਚਿਆਂ ਨੇ ਬਹੁਤ ਹਿੰਮਤ ਕੀਤੀ ਹੈ ਅਤੇ ਕਾਫ਼ੀ ਲਗਭਗ 50% ਜਿਹੜੇ ਬੱਚੇ ਪਹਿਲਾ ਦੂਜਾ ਤੀਜਾ ਸਥਾਨ ਨਹੀਂ ਪ੍ਰਾਪਤ ਕਰ ਸਕੇ ਉਹ ਵੀ 50% ਜਿਹੜੇ ਬੱਚੇ ਇਹ ਗੁਰੂ ਸਾਹਿਬਾਂ ਦੇ ਨਾਮ ਬਾਰੇ ਇਤਿਹਾਸ ਬਾਰੇ ਜਾਣੂ ਹੋ ਚੁੱਕੇ ਹੈ। ਉਮਰ ਕਿੰਨੀ ਇਹਨਾਂ ਬੱਚਿਆਂ ਦੀ, ਘੱਟ ਤੋਂ ਘੱਟ ਕਿੰਨੀ ਹੈ ਔਰ ਵੱਧ ਤੋਂ ਵੱਧ ਕਿੰਨੀ ਹੈ ਜਿਨ੍ਹਾਂ ਨੂੰ ਤੁਸੀਂ ਸਿੱਖ ਇਤਿਹਾਸ ਦੇ ਨਾਲ ਜੋੜ ਰਹੇ ਹੋ? 6-7 ਸਾਲ ਦੀ ਉਮਰ ਤੋਂ ਲੈ ਕੇ ਜੀ 10 ਸਾਲ ਦੀ ਉਮਰ ਤੱਕ ਬੱਚੇ ਹੈ, 10 ਸਾਲ ਤੋਂ ਲੈ ਕੇ 15-16 ਸਾਲ ਦੀ ਉਮਰ ਦੇ ਬੱਚੇ ਜਿਹੜੇ ਹੈਗੇ ਇੱਥੇ ਆਉਂਦੇ ਆ। ਹੋਰ ਵੇਖੋ, ਅਸੀਂ ਗਾਂਹ ਜਪਜੀ ਸਾਹਿਬ ਦਾ ਪਾਠ ਆ ਜੀ, 5 ਬਾਣੀਆਂ ਦਾ ਨਿਤਨੇਮ ਹੈ, ਫਿਰ ਹੌਲੀ ਹੌਲੀ ਜਿਹੜਾ ਇਤਿਹਾਸ ਦੇ ਵਿੱਚ ਸਾਡੀ ਵੀ ਨੌਲੇਜ ਵੱਧਦੀ ਹੈ ਜਿਵੇਂ ਜਿਵੇਂ ਅਸੀਂ ਪੜ੍ਹਦੇ ਹਾਂ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਅਤੇ ਉਵੇਂ ਉਵੇਂ ਜਿਹੜਾ ਵੱਡੇ ਲੈਵਲ 'ਤੇ ਅਸੀਂ ਜਿਵੇਂ ਆਉਣ ਵਾਲੇ ਸਮੇਂ 'ਚ ਅਸੀਂ 51-52 ਰੁਪਈਆ ਨਾਮ ਬੱਚਿਆਂ ਨੂੰ ਰੱਖਾਂਗੇ। ਸਿੱਖ ਇਤਿਹਾਸ ਦੇ ਨਾਲ ਜੋੜਨ ਲਈ ਜੇਕਰ ਆਪਾਂ ਗੱਲ ਕਰੀਏ, ਪੂਰੇ ਪੰਜਾਬ ਦੇ ਵਿੱਚ ਕਾਫ਼ੀ ਪੰਥਕ ਜਥੇਬੰਦੀਆਂ ਬਣੀਆਂ ਹੋਈਆਂ ਨੇ, ਪਰ ਕਿਤੇ ਨਾ ਕਿਤੇ ਆਮ ਲੋਕ ਆ ਜਿਹੜੇ ਸਿੱਖ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਖੁਦ ਆਪਣੇ ਤਰੀਕੇ ਦੇ ਨਾਲ ਕਰਦੇ ਨੇ। ਫਰੀਦਕੋਟ ਤੋਂ ਬਾਬਾ ਮਨਪ੍ਰੀਤ ਸਿੰਘ ਨੇ, ਤਾਂ ਬਾਬਾ ਮਨਪ੍ਰੀਤ ਸਿੰਘ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈ, ਇੱਥੇ ਮੌਜੂਦ ਨੇ, ਤਾਂ ਨਿੱਕੇ ਨਿੱਕੇ ਬੱਚੇ ਤੁਸੀਂ ਦੇਖ ਸਕਦੇ ਹੋ, ਤਾਂ ਇਸ ਪਿੰਡ ਦੇ ਬੱਚੇ ਨੇ, ਤਾਂ ਇਹਨਾਂ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਇਹਨਾਂ ਨੂੰ ਉਹ ਸਵਾਲ ਇਹਨਾਂ ਦੇ ਸਾਹਮਣੇ ਰੱਖੇ ਜਾਂਦੇ ਨੇ, ਪਹਿਲਾਂ ਇਹਨਾਂ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਨੇ, ਤਾਂ ਇਹਨਾਂ ਨੂੰ ਪੜ੍ਹਾਇਆ ਜਾਂਦਾ ਸਿੱਖੀ ਇਤਿਹਾਸ ਦੇ ਵਿੱਚ ਕੀ ਕੁਝ ਹੈਗਾ। ਆਪਣੇ 10 ਗੁਰੂਆਂ ਦੀ ਗੱਲ ਕਰ ਲਈਏ, ਗੁਰਦੁਆਰਾ ਸਾਹਿਬ ਦੀ ਗੱਲ ਕਰ ਲਈਏ, ਜਾਂ ਹੋਰ ਇਤਿਹਾਸਿਕ ਗੁਰਦੁਆਰਿਆਂ ਦੀ ਗੱਲ ਕਰ ਲਈਏ, ਤਾਂ ਸਾਰੇ ਕੁਐਸਚਨ ਇਹਨਾਂ ਦੇ ਸਾਹਮਣੇ ਰੱਖੇ ਜਾਂਦੇ ਆ, ਉਹਨਾਂ ਦੇ ਫਿਰ ਇਹਨਾਂ ਨੂੰ ਆਂਸਰ ਵੀ ਦਿੱਤੇ ਜਾਂਦੇ ਰਹੇ ਆ। ਤਾਂ ਹੁਣ ਇਹਨਾਂ ਬੱਚਿਆਂ ਦਾ ਟੈਸਟ ਜਿਹੜਾ ਇਸ ਬਾਬਾ ਜੀ ਵੱਲੋਂ, ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਟੈਸਟ ਲਿਆ ਗਿਆ, ਤਾਂ ਉਸ ਵਿੱਚ ਵੀ ਜਿਹੜੇ ਸਵਾਲ ਰੱਖੇ ਗਏ ਸੀਗੇ, ਤਾਂ ਉਹਨਾਂ ਸਵਾਲਾਂ ਨੂੰ ਬੱਚਿਆਂ ਨੇ ਇਹਨਾਂ ਦੇ ਸਾਹਮਣੇ ਆਂਸਰ ਦਿੱਤੇ ਹੈ, ਉਹ ਜਿਹੜੇ ਟੈਸਟ ਪੂਰੇ ਕੀਤੇ ਆ, ਤਾਂ ਬਾਬਾ ਜੀ ਨੇ ਬਹੁਤ ਵੱਡੀ ਹੌਸਲਾ ਅਫਜ਼ਾਈ ਇਹਨਾਂ ਬੱਚਿਆਂ ਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ 10 ਸਾਲ ਦੇ ਆਪਾਂ ਕਹਿ ਦਈਏ ਛੋਟੇ ਛੋਟੇ ਬੱਚੇ ਹੈ, ਵੱਡੇ ਬੱਚੇ ਵੀ ਨੇ, ਇਹਨਾਂ ਨੂੰ ਮਾਣ ਸਨਮਾਨ ਦਿੱਤਾ, ਵਿੱਤੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਨਾਲ ਮੈਡਲ ਦਿੱਤੇ ਨੇ। ਗੱਲਬਾਤ ਕਰਾਂਗੇ, ਬਾਬਾ ਮਨਪ੍ਰੀਤ ਸਿੰਘ ਜੀ ਸਾਡੇ ਨਾਲ ਹੈ। ਬਾਬਾ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਕਿਸ ਤਰੀਕੇ ਦਾ, ਕਿਉਂਕਿ ਛੋਟੇ ਛੋਟੇ ਬੱਚੇ ਹੈ, ਜਿਵੇਂ ਤੁਸੀਂ ਇਹਨਾਂ ਦੇ ਪਹਿਲਾਂ ਦਿਖਾਇਆ, ਪਹਿਲਾਂ ਟੈਸਟ ਇਹਨਾਂ ਦਾ ਲਿਆ, ਉਹ ਟੈਸਟ ਦੇ ਵਿੱਚ ਕੀ ਜਿਹੜਾ ਜ਼ਿਕਰ ਕਰਦੇ ਹੋ, ਕਿਵੇਂ ਪੜ੍ਹਾਉਂਦੇ ਹੋ, ਸਾਰੀ ਜਿਹੜੀ ਗੱਲ ਹੈ ਜਿਹੜੀ ਜ਼ਰੂਰ ਦਰਸ਼ਕਾਂ ਸਾਹਮਣੇ ਰੱਖੋ। ਜਿਹੜਾ ਤੁਸੀਂ ਦੱਸ ਹੀ ਦਿੱਤਾ ਵੀ ਸਮਾਜ ਦੇ ਵਿੱਚ ਆਪਾਂ ਕਾਫ਼ੀ ਸੇਵਾ ਦੇ ਵਿੱਚ ਵਿਚਰ ਰਹੇ ਹਾਂ, ਜਿਨ੍ਹਾਂ ਤੋਂ ਤੁਸੀਂ ਜਾਣੂ ਵੀ ਹੋ, ਔਰ ਜਿਹੜਾ ਇਹ ਉਪਰਾਲਾ ਜੀ ਅਸੀਂ 15-16 ਦਿਨਾਂ ਤੋਂ ਅਸੀਂ ਕੀਤਾ, 15-16 ਦਿਨਾਂ ਦੇ ਵਿੱਚ ਹੀ ਅਸੀਂ ਬੱਚਿਆਂ ਦੇ ਉਤਸ਼ਾਹ ਲਈ ਜਿਹੜੇ ਬੱਚਿਆਂ ਨੂੰ ਅਸੀਂ ਮਤਲਬ ਇੱਦਾਂ ਬਿਠਾ ਕੇ ਪੇਪਰ ਲੈ ਗਏ ਬੱਚਿਆਂ ਦੇ, ਅਤੇ ਉਹਦੇ ਵਿੱਚੋਂ ਜਿਹੜੇ 2 ਟੀਮਾਂ ਅਸੀਂ ਬੱਚਿਆਂ ਦੀਆਂ ਰੱਖੀਆਂ, ਇੱਕ ਤਾਂ 10 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਆ ਉਹਨਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਪਹਿਲਾ ਦੂਜਾ ਤੀਜਾ ਸਥਾਨ ਦਿੱਤਾ, ਅਤੇ ਇੱਕ 10 ਤੋਂ ਉੱਪਰ ਜਿਹੜੇ 15 ਕੁ ਸਾਲ ਦੀ ਉਮਰ ਦੇ ਬੱਚੇ ਆ ਉਹਨਾਂ ਨੂੰ ਅਸੀਂ ਪਹਿਲਾ ਦੂਜਾ ਤੀਜਾ ਸਥਾਨ ਜਿਹੜਾ ਦਿੱਤਾ, ਅਤੇ ਤੁਸੀਂ ਆਏ ਹੋ, ਤੁਹਾਡੇ ਰੂਬਰੂ ਅਸੀਂ ਬੱਚਿਆਂ ਨੂੰ ਜਿਹੜਾ ਸਨਮਾਨਿਤ ਕੀਤਾ, ਅਤੇ ਬਾਕੀ ਬੱਚਿਆਂ ਨੂੰ ਵੀ ਅਸੀਂ ਸਾਰਿਆਂ ਨੂੰ ਉਹਨਾਂ ਦੇ ਜਿਹੜੇ ਉਤਸ਼ਾਹ ਲਈ ਅਸੀਂ ਮੈਡਲ ਜਿਹੜੇ ਪਾਏ ਆ ਬੱਚਿਆਂ ਨੂੰ। ਇਹ ਜਿਹੜੀਆਂ ਕਲਾਸਾਂ ਪਹਿਲਾਂ ਕਿਸ ਤਰੀਕੇ ਦੀਆਂ ਲੱਗਦੀਆਂ, ਕਿਵੇਂ ਇਹਨਾਂ ਨੂੰ ਪੜ੍ਹਾਇਆ ਜਾਂਦਾ, ਕੀ ਜਿਹੜਾ ਜ਼ਿਕਰ, ਕਿਹੜੀਆਂ ਗੱਲਾਂ ਜਿਹੜੀਆਂ ਬੱਚਿਆਂ ਨੂੰ ਸਿਖਾਉਂਦੇ ਆ ਤੁਸੀਂ? ਇਹਦੇ ਵਿੱਚ ਜੀ ਅਸੀਂ 15 ਕੁ ਦਿਨਾਂ ਦੇ ਵਿੱਚ 10 ਗੁਰੂ ਸਾਹਿਬਾਨਾਂ ਦੇ ਨਾਮ, 5 ਪਿਆਰਿਆਂ ਦੇ ਨਾਮ, 4 ਸਾਹਿਬਜ਼ਾਦਿਆਂ ਦੇ ਨਾਮ, 5 ਕਕਾਰ ਕਿਹੜੇ ਹੈ, ਔਰ ਗੁਰੂ ਰਾਮਦਾਸ ਸਾਹਿਬ ਜੀ ਤੱਕ ਅਸੀਂ ਜਿਹੜੇ ਸਵਾਲ ਬੱਚਿਆਂ ਨੂੰ
ਵੀ ਗੁਰੂਆਂ ਦੇ ਪਿਤਾ ਦਾ ਨਾਮ, ਮਾਤਾ ਦਾ ਨਾਮ, ਉਹਨਾਂ ਦੇ ਧਰਮ ਪਤਨੀ ਮਹਿਲ ਦਾ ਨਾਮ, ਬੱਚਿਆਂ ਦਾ ਨਾਮ, ਇਹ ਸਾਰਿਆਂ ਦੇ ਵਿੱਚੋਂ ਅਸੀਂ ਜਿਹੜੇ ਬੱਚਿਆਂ ਨੂੰ ਕੁਐਸਚਨ ਪਾਏ ਆ ਅਤੇ ਬੱਚਿਆਂ ਨੇ ਬਹੁਤ ਹਿੰਮਤ ਕੀਤੀ ਹੈ ਅਤੇ ਕਾਫੀ ਲਗਭਗ 50% ਜਿਹੜੇ ਬੱਚੇ ਪਹਿਲਾ, ਦੂਜਾ, ਤੀਜਾ ਸਥਾਨ ਨਹੀਂ ਪ੍ਰਾਪਤ ਕਰ ਸਕੇ ਉਹ ਵੀ 50% ਜਿਹੜੇ ਬੱਚੇ ਇਹ ਗੁਰੂ ਸਾਹਿਬਾਂ ਦੇ ਨਾਮ ਬਾਰੇ, ਇਤਿਹਾਸ ਬਾਰੇ ਜਾਣੂ ਹੋ ਚੁੱਕੇ ਹੈ ਅਤੇ ਬਾਕੀ ਜਿਹੜੇ ਬੱਚਿਆਂ ਨੂੰ ਅਸੀਂ ਪਹਿਲੇ, ਦੂਜੇ, ਤੀਜੇ 'ਤੇ ਲਿਆਂਦਾ ਨੰਬਰ 'ਤੇ, ਅਤੇ ਇਹ ਬੱਚਿਆਂ ਨੇ ਤਾਂ 110 ਨੰਬਰਾਂ ਦੇ ਵਿੱਚੋਂ 105 ਨੰਬਰ ਪ੍ਰਾਪਤ ਕੀਤੇ ਆ ਜੀ। ਇਹ ਪਹਿਲਾਂ ਬੱਚਿਆਂ ਨੂੰ ਨਹੀਂ ਸੀ ਇੰਨਾ ਪਤਾ, ਨਾ ਗੁਰੂ ਸਾਹਿਬਾਂ ਬਾਰੇ, ਨਾ ਸੰਤਾਂ ਬਾਰੇ, ਨਾ ਕੋਈ ਭਗਤਾਂ ਬਾਰੇ, ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਕਿੰਨੇ ਅੰਗ ਨੇ, ਕਿੰਨੇ ਗੁਰੂਆਂ ਦੀ ਬਾਣੀ ਹੈ, ਕੁਛ ਨਹੀਂ ਸੀ ਪਤਾ। ਅਤੇ ਆ 15-16 ਦਿਨਾਂ ਦੇ ਵਿੱਚ ਜਿਹੜਾ ਨਤੀਜਾ ਤੁਹਾਡੇ ਸਾਹਮਣੇ। ਉਮਰ ਕਿੰਨੀ ਇਹਨਾਂ ਬੱਚਿਆਂ ਦੀ, ਘੱਟ ਤੋਂ ਘੱਟ ਕਿੰਨੀ ਆ, ਔਰ ਵੱਧ ਤੋਂ ਵੱਧ ਕਿੰਨੀ ਆ ਜਿਨ੍ਹਾਂ ਨੂੰ ਤੁਸੀਂ ਸਿੱਖ ਇਤਿਹਾਸ ਦੇ ਨਾਲ ਜੋੜ ਰਹੇ ਹੋ? ਇਹ 6-7 ਸਾਲ ਦੀ ਉਮਰ ਤੋਂ ਲੈ ਕੇ ਜੀ 10 ਸਾਲ ਦੀ ਉਮਰ ਤੱਕ ਬੱਚੇ ਹੈ, 10 ਸਾਲ ਤੋਂ ਲੈ ਕੇ 15-16 ਸਾਲ ਦੀ ਉਮਰ ਦੇ ਬੱਚੇ ਜਿਹੜੇ ਹੈਗੇ ਇੱਥੇ ਆਉਂਦੇ ਆ। ਰੋਜ਼ ਹੀ ਅਸੀਂ ਸ਼ਾਮ ਨੂੰ 5:30 ਤੋਂ 6:30 ਕਲਾਸ ਲਾਉਂਦੇ ਬੱਚਿਆਂ ਦੀ, ਅਤੇ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਰਿਟਨ ਦੇ ਵਿੱਚ ਜਿਹੜੇ 5 ਸਵਾਲ ਦਿੰਦੇ ਰਹੇ ਹਾਂ ਵੀ ਆਹ 5 ਸਵਾਲ ਤੁਸੀਂ ਲਿਖ ਕੇ ਵੀ ਲਿਆਉਣੇ ਆ, ਯਾਦ ਵੀ ਕਰਨੇ ਆ, ਫਿਰ ਇੱਥੇ ਆ ਕੇ ਇਹਨਾਂ ਤੋਂ ਇਹਨਾਂ ਦਾ ਕੰਮ ਜਿਹੜਾ ਲਿਖਤੀ ਤੌਰ 'ਤੇ ਉਹ ਵੀ ਟੈਸਟ ਹੁੰਦਾ ਜੀ, ਅਤੇ ਫਿਰ ਇਹਨਾਂ ਤੋਂ ਸੁਣਿਆ ਜਾਂਦਾ ਸੀ, ਅਤੇ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਜਾਂਦਾ ਵੀ ਇਹਨਾਂ ਕੁਐਸਚਨਾਂ ਦੇ ਵਿੱਚੋਂ ਹੀ ਤੁਹਾਨੂੰ ਜਿਹੜੇ ਪੇਪਰ ਅਸੀਂ ਪਾਵਾਂਗੇ, ਅਤੇ 15 ਦਿਨਾਂ ਬਾਅਦ ਜਿਹੜਾ ਰਿਜ਼ਲਟ ਆਇਆ ਜੀ ਇਹ ਬੱਚਿਆਂ ਦਾ। ਕਿਤੇ ਨਾ ਕਿਤੇ ਕਈ ਜਿਹੜੇ ਬੱਚੇ ਹੁੰਦੇ ਆ ਹੋਰ ਧਰਮਾਂ ਦੇ, ਹਿੰਦੂ ਧਰਮ ਦੀ ਗੱਲ ਕਰ ਲਈਏ ਆਪਾਂ ਜਾਂ ਹੋਰ ਕਿਸੇ ਧਰਮ ਦੀ ਗੱਲ ਕਰ ਲਈਏ, ਉਹਨਾਂ ਧਰਮਾਂ ਦੇ ਬੱਚੇ ਵੀ ਹੈਗੇ ਆ, ਉਹਨਾਂ ਦੇ ਮਾਪੇ ਇਹ ਜ਼ਰੂਰ ਸੋਚਦੇ ਆ ਕਿ ਸਾਡੇ ਬੱਚੇ ਨੂੰ ਜਿਹੜਾ ਸਿੱਖ ਇਤਿਹਾਸ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ, ਹਾਲਾਂਕਿ ਉਹ ਆਪਦੇ ਧਰਮ ਨਾਲ ਜੁੜੇ ਰਹਿਣ, ਪਰ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਬੱਚੇ ਨੂੰ ਵੀ ਸਿੱਖ ਇਤਿਹਾਸ ਬਾਰੇ ਪਤਾ ਲੱਗੇ। ਉਹਨਾਂ ਬੱਚਿਆਂ ਨੂੰ ਵੀ ਤੁਸੀਂ ਇੱਥੇ ਬੁਲਾ ਲੈਂਦੇ ਹੋ, ਉਹਨਾਂ ਨੂੰ ਵੀ ਫਿਰ ਪੂਰੀ ਜਾਣਕਾਰੀ ਦਿੰਦੇ ਹੋ? ਦੇਖੋ ਜੀ, ਅੱਜ ਕੱਲ੍ਹ ਦੇ ਮੈਂ ਤਾਂ ਇਹੀ ਕਹੂੰਗਾ ਵੀ ਜਿਹੜੇ ਸਿੱਖ ਨੇ ਜਾਂ ਪੰਥਕ ਕੋਈ ਬਾਬੇ ਨੇ ਜਾਂ ਕੋਈ ਸੰਤ ਨੇ ਜਾਂ ਕੋਈ ਰਾਗੀ ਪ੍ਰਚਾਰਕ ਨੇ, ਜ਼ਿਆਦਾਤਰ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਹੋਏ ਆ ਸਟੇਜਾਂ 'ਤੇ ਬਹਿ ਕੇ, ਅਤੇ ਮੈਂ ਚਾਹੁੰਦਾ ਵੀ ਜਿਹੜਾ ਸਿੱਖੀ ਦੀ ਪਨੀਰੀ ਹੈ ਬਹੁਤ ਘੱਟਦੀ ਜਾ ਰਹੀ ਹੈ, ਜਿਵੇਂ ਧਰਤੀ 'ਤੇ ਦਰੱਖਤ ਘੱਟਦੇ ਜਾ ਰਹੇ ਆ, ਆਕਸੀਜਨ ਘਟੂਗੀ, ਆਪਾਂ ਮਰ ਜਾਵਾਂਗੇ, ਇੱਦਾਂ ਹੀ ਜੇ ਬੱਚੇ ਸਾਡੇ ਸਿੱਖੀ ਜਾਂ ਸਿੱਖ ਇਤਿਹਾਸ ਨਾਲ ਨਾ ਜੁੜ ਸਕੇ ਤਾਂ ਆਉਣ ਵਾਲੇ ਸਮੇਂ 'ਚ ਸਾਡਾ ਜਿਹੜਾ ਸਿੱਖ ਧਰਮ ਨਹੀਂ ਰਹਿਣਾ। ਸੋ ਇਹ ਜਿਹੜੇ ਬੱਚੇ ਆ ਜੀ, ਇਹ ਇਹਨਾਂ ਦਾ ਜਿਹੜਾ ਵਿਸ਼ੇਸ਼ ਸਾਡੇ ਸੇਵਾਦਾਰਾਂ ਨਾਲ ਇਹਨਾਂ ਦਾ ਉਪਰਾਲਾ ਹੈ, ਉਪਰਾਲੇ ਦੇ ਨਾਲ ਹੀ ਅਸੀਂ ਜਿਹੜਾ ਇਹ ਪ੍ਰੋਗਰਾਮ ਕਰਦੇ ਹਾਂ। ਇਹਦੇ ਵਿੱਚ ਬੱਚੇ ਹਿੰਦੂ ਧਰਮ ਦੇ ਜਾਂ ਜਿਹੜੇ ਸਿੱਖ ਧਰਮ ਦੇ ਬੱਚੇ ਨੇ, ਅਤੇ ਜਾਤ ਦੀ ਮੈਂ ਗੱਲ ਨਹੀਂ ਕਰੂੰਗਾ ਕਿਉਂਕਿ ਸਾਡੇ ਗੁਰੂਆਂ ਨੇ ਸਿਖਾਇਆ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਵੋ, ਹੈ ਨਾ, ਅਤੇ ਇੱਥੇ ਜਾਤ ਪਾਤ ਸਾਡੇ ਕੋਲ ਆ ਕੇ ਕੋਈ ਨਹੀਂ ਜੀ, ਇੱਥੇ ਸਾਰੇ ਬੱਚਿਆਂ ਨੂੰ ਅਸੀਂ ਬਰਾਬਰ ਦਾ ਜਿਹੜਾ ਦਰਜਾ ਦੇ ਕੇ ਉਹਨਾਂ ਨੂੰ ਨਵਾਜਿਆ ਇੱਥੇ, ਅਤੇ ਇੱਦਾਂ ਹੀ ਨਵਾਜਦੇ ਰਹਾਂਗੇ। ਇਹਨਾਂ ਦੇ ਮਾਤਾ ਪਿਤਾ ਦਾ ਰਿਸਪੋਂਸ ਕਿਸ ਤਰੀਕੇ ਦਾ, ਪੂਰਾ ਸਾਥ ਦੇ ਰਹੇ ਆ ਤੁਹਾਡਾ? ਹਾਂਜੀ, ਬੱਚਿਆਂ ਦੇ ਮਾਪੇ ਆਉਂਦੇ ਆ ਜੀ, ਅਸੀਂ ਆਹ ਉਪਰਾਲਾ ਕੀਤਾ ਜਿਹੜਾ ਬੱਚਿਆਂ ਦੇ ਉਤਸ਼ਾਹ ਲਈ ਅਸੀਂ ਆਪਣੇ ਕੋਲੋਂ ਕੀਤਾ ਇਹ, ਔਰ ਆਉਣ ਵਾਲੇ ਸਮੇਂ 'ਚ ਵੱਡੇ ਪੱਧਰ 'ਤੇ ਅਸੀਂ ਸੰਗਤ ਦੇ ਸਹਿਯੋਗ ਨਾਲ ਹੀ ਇਹ ਉਪਰਾਲਾ ਕਰਿਆ ਕਰਾਂਗੇ ਤਾਂ ਕਿ ਬੱਚੇ ਕਾਫੀ ਗਿਣਤੀ ਵਿੱਚ ਜੁੜ ਕੇ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ। ਇਹਨਾਂ ਨੂੰ ਬੱਚਿਆਂ ਨੂੰ ਜਿਵੇਂ ਤੁਸੀਂ ਮੈਡਲ ਵੀ ਦਿੱਤੇ ਹੈ ਅਤੇ ਨਾਲ ਕੋਈ ਵਿੱਤੀ ਸਹਾਇਤਾ ਵੀ ਦਿੱਤੀ ਹੈ? ਹਾਂਜੀ, ਪ੍ਰੇਮ ਭੇਟਾ ਅਸੀਂ ਜ਼ਰੂਰ ਦਿੱਤੀ ਹੈ ਕਿਉਂਕਿ ਵੀ ਬੱਚਿਆਂ ਨੂੰ ਸੋਚਿਆ ਅਸੀਂ ਬੈਗ ਲੈ ਦਈਏ ਜਾਂ ਸਕੂਲੀ ਕੋਈ ਕਿਤਾਬਾਂ ਲੈ ਦਈਏ ਕਿਉਂਕਿ ਸਾਰੇ ਬੱਚਿਆਂ ਦੀ ਪੜ੍ਹਾਈ ਚੱਲ ਰਹੀ ਹੈ, ਅਤੇ ਅਸੀਂ ਫਿਰ ਪ੍ਰੇਮ ਭੇਟਾ ਹੀ ਦਿੱਤੀ ਬੱਚਿਆਂ ਨੂੰ, ਪਹਿਲੇ, ਦੂਜੇ, ਤੀਜੇ ਨੰਬਰ 'ਤੇ ਆਉਣ ਵਾਲੇ, ਅਤੇ ਉਹ ਆਪਣੀ ਖੁਸ਼ੀ ਮਰਜ਼ੀ ਨਾਲ ਜੋ ਮਰਜ਼ੀ ਖਰੀਦ ਲੈਣ। ਇਹਨਾਂ ਨੂੰ ਬੱਚਿਆਂ ਨੂੰ ਹੁਣ ਆਉਣ ਵਾਲੇ ਸਮੇਂ 'ਚ ਹੋਰ ਕਿਸ ਤਰੀਕੇ ਦੇ ਨਾਲ ਜੋੜੋਗੇ ਫਿਰ? ਹੋਰ ਵੇਖੋ, ਅਸੀਂ ਗਾਂਹ ਜਪਜੀ ਸਾਹਿਬ ਦਾ ਪਾਠ ਆ ਜੀ, 5 ਬਾਣੀਆਂ ਦਾ ਨਿਤਨੇਮ ਹੈ, ਫਿਰ ਹੌਲੀ ਹੌਲੀ ਜਿਹੜਾ ਇਤਿਹਾਸ ਦੇ ਵਿੱਚ ਸਾਡੀ ਵੀ ਨੌਲੇਜ ਵੱਧਦੀ ਹੈ ਜਿਵੇਂ ਜਿਵੇਂ ਅਸੀਂ ਪੜ੍ਹਦੇ ਹਾਂ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਅਤੇ ਉਵੇਂ ਉਵੇਂ ਜਿਹੜਾ ਵੱਡੇ ਲੈਵਲ 'ਤੇ ਅਸੀਂ
ਜਿਵੇਂ ਆਉਣ ਵਾਲੇ ਸਮੇਂ 'ਚ ਅਸੀਂ 5150 ਰੁਪਈਆ ਨਾਮ ਬੱਚਿਆਂ ਨੂੰ ਰੱਖਾਂਗੇ ਅਤੇ ਨਾਲ ਜਿਹੜਾ ਹੋਰ ਵੀ ਸਮਾਂ ਪਾ ਕੇ ਗੁਰੂ ਕਿਰਪਾ ਕਰੇ ਅਤੇ ਜਿਹੜੇ ਗੋਲਡ ਮੈਡਲ ਵੀ ਅਸੀਂ ਦੇਵਾਂਗੇ ਬੱਚਿਆਂ ਨੂੰ, ਕਿਉਂਕਿ ਇਹ ਸਭ ਤੋਂ ਵੱਡੀ ਸੇਵਾ ਜੀ ਵੀ ਇਤਿਹਾਸ ਨਾਲ, ਧਰਮ ਨਾਲ ਅਤੇ ਧਰਮ ਹੀ ਬਣਾਉਣਾ। ਤਾਂ ਦੇਖ ਸਕਦੇ ਹੋ ਤੁਸੀਂ ਆਹ ਬੱਚੇ ਇੱਧਰ ਬੈਠੇ ਆ ਨਾਲ, ਛੋਟੀਆਂ ਛੋਟੀਆਂ ਬੱਚੀਆਂ ਹੈ, ਤਾਂ ਇਹਨਾਂ ਨੂੰ ਜਿਹੜੇ ਅੱਜ ਮੈਡਲ ਦਿੱਤੇ ਗਏ ਆ ਇਹ ਆਪਾਂ ਕਹਿ ਸਕਦੇ ਹਾਂ ਪਹਿਲੇ ਦੂਜੇ ਚੌਥੇ ਨੰਬਰ 'ਤੇ ਆਏ। ਕੀ ਨਾਮ ਆ ਬੇਟਾ? ਜੈਸਮੀਨ ਕੌਰ ਜੀ। ਅੱਜ ਕਿਵੇਂ ਆਏ ਹੋ ਔਰ ਕੀ ਕੁਝ ਸਿੱਖਿਆ ਗਿਆ ਇੱਥੋਂ? ਇੱਥੋਂ ਸਾਨੂੰ ਜੀ ਗੁਰੂਆਂ ਬਾਰੇ ਸਿੱਖਿਆ ਮਿਲੀ ਹੈ ਜੀ। ਖੁਸ਼ ਹੋ ਕੇ ਆਏ ਹਾਂ ਪੂਰੇ? ਹਾਂਜੀ। ਮੇਰਾ ਨਾਮ ਰਣਜੋਤ ਸਿੰਘ ਹੈ ਜੀ। ਸਾਨੂੰ ਬਾਬਾ ਜੀ ਨੇ ਬਹੁਤ ਕੁਛ ਸਿਖਾਇਆ ਗੁਰੂਆਂ ਬਾਰੇ, ਸਾਨੂੰ 10 ਗੁਰੂਆਂ ਬਾਰੇ ਸਿਖਾਇਆ, 5 ਪਿਆਰਿਆਂ ਬਾਰੇ ਸਿਖਾਇਆ ਅਤੇ ਮੂਲ ਮੰਤਰ ਸਿਖਾਇਆ, ਅਤੇ ਇਹਨਾਂ ਸਾਰਾ ਚੀਜ਼ਾਂ ਨੂੰ ਸਿਖਾ ਕੇ ਸਾਡਾ ਟੈਸਟ ਲੱਗ ਗਿਆ ਅਤੇ ਬੱਚਿਆਂ ਨੂੰ ਨਾਮ ਦਿੱਤੇ ਗਏ ਨੇ। ਮੇਰੇ ਮਾਪਿਆਂ ਨੇ ਵੀ ਇਹ ਕਿਹਾ ਜੀ ਇਹ ਕੁਛ ਸਿੱਖਣਾ ਹੀ ਚਾਹੀਦਾ ਹੈ, ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ, ਬਾਬਾ ਜੀ ਦੇ ਕੋਲ ਜਾ ਕੇ ਸਿੱਖੋ। ਜਿਹੜਾ ਕੁਛ ਤੁਹਾਨੂੰ ਇੱਥੇ ਆ ਕੇ ਬਾਬਾ ਜੀ ਨੇ ਸਿਖਾਇਆ, ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਸੀਗਾ ਸਹਿਗਾ ਸੀ, ਪਰ ਜਾਣਕਾਰੀ ਸੀ ਕੋਈ? ਨਹੀਂ ਜੀ, ਨਹੀਂ ਕੋਈ ਜਾਣਕਾਰੀ। ਬਾਬਾ ਜੀ ਕੋਲ ਲੈ ਕੇ ਸਿੱਖਿਆ ਜੀ। ਤੁਹਾਨੂੰ ਆਪਣਾ ਅੱਜ ਮੈਡਲ ਦਿੱਤਾ, ਨਾਮ ਵਗੈਰਾ ਮਿਲਿਆ, ਕਿਹੜੇ ਨੰਬਰ 'ਤੇ ਆਏ ਤੁਸੀਂ? ਮੈਂ 2 ਨੰਬਰ 'ਤੇ ਆਇਆ ਜੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੋਚਦੇ ਫਿਰ? ਮੈਂ ਚਾਹੁੰਦਾ ਜੀ ਮੈਂ ਵੀ ਇੱਕ ਸਿੱਖ ਬਣਾ ਵੱਡਾ ਕੇ ਗੁਰੂ ਬਾਬਾ ਜੀ ਵਾਂਗੂ। ਕਿੰਨੇ ਕੁ ਬੱਚੇ ਆ ਜਿਹੜੇ ਇਤਿਹਾਸ ਨਾਲ ਜੁੜੇ? ਇੱਥੇ ਜੀ ਘੱਟੋ ਘੱਟ 28-29 ਬੱਚੇ ਹੈਗੇ। ਤੁਹਾਨੂੰ ਕੀ ਕੁਛ ਸਿੱਖਣ ਨੂੰ ਮਿਲਿਆ? ਬਹੁਤ ਕੁਛ ਸਿੱਖਣ ਨੂੰ ਮਿਲਿਆ ਇਤਿਹਾਸ ਬਾਰੇ, ਬਾਬਾ ਜੀ ਮਨਪ੍ਰੀਤ ਸਿੰਘ ਜੀ ਨੇ ਬੜਾ ਕੁਛ ਸਿਖਾਇਆ ਜੀ ਸਾਨੂੰ। ਕਿਹੜੀਆਂ ਕਿਹੜੀਆਂ ਚੀਜ਼ਾਂ, ਜਿਹੜੇ ਸਵਾਲ ਤੁਹਾਨੂੰ ਰੱਖੇ ਸੀਗੇ ਕਿਹੜੇ ਕਿਹੜੇ ਸੀਗੇ ਜਿਹੜੇ ਤੁਸੀਂ ਆਨਸਰ ਦਿੱਤੇ? ਸ਼੍ਰੀ ਗੁਰੂ ਰਾਮਦਾਸ ਜੀ ਬਾਰੇ ਜਾਣਕਾਰੀ ਸੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਬਾਰੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੀਗੀ। ਸਿੱਖ ਇਤਿਹਾਸ ਬਾਰੇ ਬਹੁਤ ਸਾਰੀ ਜਾਣਕਾਰੀ ਸੀ ਜੀ। ਪਹਿਲਾਂ ਹੈ ਨਹੀਂ ਸੀ ਇਹ ਜਾਣਕਾਰੀ? ਨਹੀਂ ਜੀ। ਖੁਸ਼ ਹੋ ਪੂਰੇ ਤੁਸੀਂ? ਹਾਂਜੀ। ਤਾਂ ਸੁਣਿਆ ਤੁਸੀਂ ਜਿਹੜਾ ਬੱਚਿਆਂ ਨੇ ਦੱਸਿਆ ਹੈ ਕਿ ਹਾਲਾਂਕਿ ਕਿਤੇ ਨਾ ਕਿਤੇ ਜਿਹੜਾ ਕੈਮਰੇ ਸਾਹਮਣੇ ਬੋਲਣ ਤੋਂ ਜ਼ਰੂਰ ਬੱਚੇ ਸੋਚਦੇ ਆ ਕਿਤੇ ਨਾ ਕਿਤੇ, ਤਾਂ ਬੱਚਿਆਂ ਦੇ ਜਿਹੜੇ ਮਾਤਾ ਜੀ ਇੱਥੇ ਪਹੁੰਚੇ ਨੇ, ਤੁਹਾਡੇ ਬੱਚੇ ਇੱਥੇ? ਹਾਂਜੀ, ਮੇਰੇ 2 ਬੱਚੇ ਆ ਜੀ। ਅਤੇ ਕਿਵੇਂ ਲੱਗਿਆ ਤੁਹਾਨੂੰ ਫਿਰ? ਬਹੁਤ ਵਧੀਆ ਜੀ, ਬਾਬਾ ਜੀ ਨੇ ਬਹੁਤ ਬੱਚਿਆਂ ਦੀ ਸਿੱਖਿਆ ਦਿੱਤੀ ਆ ਜੀ, 10 ਗੁਰੂਆਂ ਬਾਰੇ ਜਾਣਕਾਰੀ ਦਿੱਤੀ ਆ, ਛੋਟੇ ਸਾਹਿਬਜ਼ਾਦਿਆਂ ਬਾਰੇ, 5 ਪਿਆਰਿਆਂ ਬਾਰੇ, ਬਹੁਤ ਵਧੀਆ ਲੱਗਿਆ। ਬਾਬਾ ਜੀ ਨੇ ਬਹੁਤ ਪੁੰਨ ਦਾ ਕੰਮ ਕੀਤਾ ਹੈ ਵੀ ਬੱਚਿਆਂ ਨੂੰ ਸਾਰਾ ਕੁਛ ਸਿਖਾਇਆ ਹੈ ਜੋ ਕੁਛ ਅਸੀਂ ਨਹੀਂ ਸਿਖਾ ਸਕਦੇ ਸੀਗੇ। ਹਾਂਜੀ। ਯਾਨੀ ਕਿ ਕਰੇ ਤੁਸੀਂ ਨਹੀਂ ਕੁਛ ਸਿਖਾ ਸਕਣਾ ਸੀ? ਨਹੀਂ ਜੀ, ਅਸੀਂ ਨਹੀਂ ਸਿਖਾ ਸਕਦੇ ਕਿਉਂਕਿ ਸਾਡੇ ਮਾਂ ਪਿਓ ਨੇ ਸਾਨੂੰ ਇਹ ਨਹੀਂ ਸਿੱਖਿਆ ਦਿੱਤੀ ਕਿ ਅਸੀਂ ਸਿਖਾ ਸਕੀਏ, ਕਿਉਂਕਿ ਇਹੀ ਆ ਵੀ ਜੋ ਕੁਛ ਹੈ ਗੁਰੂ ਸਿੱਖਾਂ ਗੁਰਾਂ ਨਾਲ ਜੁੜੇ ਹੋਏ ਆ ਉਹੀ ਸਿਖਾ ਸਕਦੇ ਆ, ਸਾਨੂੰ ਖੁਦ ਜਾਣਕਾਰੀ ਨਹੀਂ ਹੈਗੀ ਇੰਨੀ ਵੀ ਅਸੀਂ ਸਿਖਾ ਸਕੀਏ। ਧੰਨਵਾਦ। ਤਾਂ ਸੁਣਿਆ ਇਹ ਬੱਚਿਆਂ ਦੇ ਮਾਤਾ ਸੀਗੀ ਤਾਂ ਦੱਸਿਆ ਇਹਨਾਂ ਨੇ ਕਿ ਜਿਹੜਾ ਕੁਛ ਅਸੀਂ ਤਾਂ ਕਿਸੇ ਤਰੀਕੇ ਦੇ ਨਾਲ ਨਹੀਂ ਸਿਖਾ ਸਕਦੇ ਸੀਗੇ ਤਾਂ ਉਹ ਅੱਜ ਸਾਡੇ ਬੱਚਿਆਂ ਨੂੰ ਮਿਲਿਆ ਹੈ ਉਹਨਾਂ ਨੂੰ ਸਿੱਖਣ ਲਈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਬਾਬਾ ਜੀ ਨੇ ਕਿਹਾ ਹੈ ਕਿ ਇਹਨਾਂ ਬੱਚਿਆਂ ਨੂੰ ਹੋਰ ਅੱਗੇ ਜਿਹੜਾ ਇਤਿਹਾਸ ਬਾਰੇ ਸਿਖਾਉਂਦੇ ਰਹਾਂਗੇ, ਜੋੜਦੇ ਰਹਾਂਗੇ। ਗੁਰਜੀਤ ਸਿੰਘ ਰਮਾਣਾ, D5 ਚੈਨਲ, ਪੰਜਾਬੀ, ਫਰੀਦਕੋਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ,
ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।